ਜਿਹੜੇ ਆਰਡੀਨੈਂਸ ਸਰਕਾਰ ਵੱਲੋਂ ਲਿਆਂਦੇ ਗਏ ਹੈ ਉਹਦੇ ਬਾਰੇ ਸਾਡੇ ਵਿਚਾਰ ਹੈ, ਉਹ ਆਰਡੀਨੈਂਸ ਨਹੀਂ, ਉਹ ਕਿਸਾਨਾਂ ਦੇ ਮੌਤ ਦੇ ਵਾਰੰਟ ਹੈ। ਜਿਹੜੇ ਮੌਤ ਦੇ ਵਾਰੰਟ ਹੈ ਉਹ ਅਸੀਂ ਤਲੀਮ ਹੀ ਨਹੀਂ ਕਰਦੇ, ਅਸੀਂ ਫੜਦੇ ਹੀ ਨਹੀਂ ਆਪਦੇ। ਉਹਨਾਂ ਨੇ ਆਰਡੀਨੈਂਸ ਬਣਾ ਲਏ, ਬਣਾ ਕੇ ਆਪਦੇ ਕੋਲ ਰੱਖ ਲੈਣ, ਸਾਨੂੰ ਉਹਨਾਂ ਦੀ ਕੋਈ ਲੋੜ ਨਹੀਂ। ਲਾਗੂ ਅਸੀਂ ਹੋਣ ਨਹੀਂ ਦਿੰਦੇ ਪੰਜਾਬ 'ਚ, ਪੰਜਾਬ ਤੋਂ ਬਾਅਦ ਹਰਿਆਣੇ 'ਚ ਨਾਲ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਸੰਘਰਸ਼ ਸ਼ੁਰੂ ਹੋ ਗਿਆ। ਅਸੀਂ ਹਿੰਦੁਸਤਾਨ ਲੇਵਲ 'ਤੇ ਇਸ ਆਰਡੀਨੈਂਸਾਂ ਦਾ ਜੱਜ ਕੇ ਰਾਜਮਾ ਵਿਰੋਧ ਕਰਦੇ ਹਾਂ, ਕਿਸਾਨ ਯੂਨੀਅਨਾਂ ਵੱਲੋਂ, 31 ਜਥੇਬੰਦੀਆਂ ਵੱਲੋਂ। ਮੈਂ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੂੰਗਾ ਬਈ ਇਹ ਇਸ ਤੋਂ ਬਾਅਦ ਜ਼ਿੰਮੇਵਾਰੀਆਂ ਸਾਰੀਆਂ ਪਰਿਵਾਰਾਂ ਦੀਆਂ, ਕਬੀਲਾਰੀਆਂ ਦੀਆਂ, ਸਾਰੇ ਸਮਾਜ ਦੀਆਂ ਨੌਜਵਾਨਾਂ ਦੇ ਮੋਢਿਆਂ 'ਤੇ ਆਉਣੀਆਂ। ਅਸੀਂ ਬਹੁਤਾ ਚਿਰ ਨਹੀਂ ਚਲਾ ਸਕਦੇ, ਜਿੰਨਾ ਚਿਰ ਸਾਡੇ ਨਾਲੋਂ ਨੌਜਵਾਨ ਸਮਰੱਥਾ ਦੇ ਵਿੱਚ ਸਰੀਰਕ ਤੌਰ 'ਤੇ ਤਾਕੜੇ ਹੋ ਕੇ ਇਸ ਬੋਝ ਨੂੰ ਆਪ ਨਹੀਂ ਚੱਕਦੇ, ਉਨਾ ਚਿਰ ਇਹਨਾਂ ਸੰਘਰਸ਼ਾਂ ਨੂੰ ਲੰਬੇ ਰੂਪ ਵਿੱਚ ਲਿਜਾਣਾ ਸਾਡੇ ਵਾਸਤੇ ਅਸੰਭਵ ਹੈ। ਜੇਕਰ ਨੌਜਵਾਨ, ਨਵੀਂ ਪੀੜ੍ਹੀ ਦੇ ਮੁੰਡੇ ਇਸ ਕਾਰਜਭਾਰ ਨੂੰ ਆਪਦੇ ਮੋਢਿਆਂ 'ਤੇ ਚੱਕਣਗੇ ਤਾਂ ਅਸੀਂ ਵੀ ਅਤੇ ਉਹ ਵੀ ਸੌਖੇ ਇਸ ਕਾਰੋਬਾਰ ਨੂੰ ਨਜਿੱਠ ਲਾਂਗੇ, ਇਸ ਸੰਘਰਸ਼ ਨੂੰ ਨਜਿੱਠ ਲਾਂਗੇ। ਜਿਵੇਂ ਕਿ ਕਾਂਗਰਸ ਪਾਰਟੀ ਦੁਆਰਾ ਵੀ ਪ੍ਰਦਰਸ਼ਨ ਕੀਤਾ ਗਿਆ ਸੀ, ਟਰੈਕਟਰ ਸਾੜੇ ਸੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਤੇ ਇੱਕ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਕੇ ਬੀਬਾ ਹਰਸਿਮਰਤ ਕੌਰ ਦੀ ਤਾਂ ਜਿਹੜੀ ਗੱਲ ਹੈ, ਅੰਨੇ ਨੇ ਅੱਖਾਂ ਦਾਨ ਕਰਤੀਆਂ। ਅੱਖਾਂ ਦਾਨ ਕਰਨ ਤੋਂ ਬਾਅਦ ਕਿਸੇ ਨੇ ਪੁੱਛ ਲਿਆ, ਕਹਿੰਦੇ ਕਿ ਯਾਰ ਤੇਰੇ ਤਾਂ ਅੱਖਾਂ ਹੈ ਹੀ ਨਹੀਂ ਸੀ, ਦਾਨ ਕਰਨ ਦਾ ਕੀ ਫਾਇਦਾ? ਕਹਿੰਦਾ ਫੋਕੀ ਵਾਹਵਾ ਵਾਹ ਤਾਂ ਖੱਟ ਲਾਂਗੇ। ਇਹਨਾਂ ਨੂੰ ਨਾ ਸਿਆਸੀ ਕਿਸੇ ਪਾਰਟੀਆਂ ਨੂੰ, ਨਾ ਕਿਸੇ ਕਾਂਗਰਸ ਵਾਲੇ, ਨਾ ਅਕਾਲੀਆਂ ਨੂੰ ਅਸੀਂ ਆਪਣੇ ਸੰਘਰਸ਼ ਦੇ ਨੇੜੇ ਨਹੀਂ ਢੁੱਕਣ ਦਿੰਦੇ। ਪਿਛਲੇ ਪਾਸੇ ਆ ਕੇ ਬੈਠਣੇ ਤਾਂ ਬੈਠ ਜਾਣ, ਇਹਨਾਂ ਦੀਆਂ ਗੱਲਾਂ ਦੇ ਨਾਲ ਅਸੀਂ ਸਹਿਮਤ ਨਹੀਂ। ਪਹਿਲਾਂ ਤਾਂ ਇਹੀ ਉੱਥੇ ਸਾਈਨ ਕਰਕੇ ਆਏ ਆ ਦੋਨੇ ਪਾਰਟੀਆਂ, ਬਾਅਦ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਰੋਹ ਨੂੰ ਦੇਖਦੇ ਹੋਏ ਇਹਨਾਂ ਨੇ ਆ ਕੇ ਕਿਸਾਨਾਂ ਦੇ ਇਕੱਠ ਦੇ ਵਿੱਚ ਬੈਠ ਕੇ ਰੋਟੀਆਂ ਸੇਕਣ ਦਾ ਇੰਤਜ਼ਾਮ ਕੀਤਾ, ਜਿਹੜੀਆਂ ਤੋਂ ਕਿਸਾਨ ਪਹਿਲਾਂ ਹੀ ਭਲੀ ਭਾਂਤ ਜਾਣੂ ਆ, ਇਹਨਾਂ ਨੂੰ ਮੌਕਾ ਨਹੀਂ ਦੇਣਗੇ। ਮੇਰੀ ਇੱਕ ਸਾਰੇ ਹੀ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਆਹ ਪਾਰਟੀਆਂ ਵੱਲੋਂ ਟਰੈਕਟਰ ਸਾੜਨ ਦਾ ਜਿਹੜਾ ਡਰਾਮਾ ਰਚਿਆ ਗਿਆ ਉਹ ਇਹ ਫਜ਼ੂਲ ਹੈ, ਕਿਉਂਕਿ ਜਿਹੜਾ ਟਰੈਕਟਰ ਹੈ ਉਹ ਸਾਡਾ ਕਮਾਈ ਦਾ ਸਾਧਨ ਹੈ। ਜਿਵੇਂ ਸਾਡੇ ਪੁਰਾਣੇ ਬਜ਼ੁਰਗ ਹਲ ਵਾਹੁਣ ਲੱਗੇ, ਹਲਾਂ ਨੂੰ ਮੱਥਾ ਟੇਕਦੇ ਸੀ, ਪੰਜਾਲੀਆਂ ਨੂੰ ਮੱਥਾ ਟੇਕਦੇ ਸੀ, ਉਸ ਤਰੀਕੇ ਨਾਲ ਇਹ ਸਾਡਾ ਖੇਤੀ ਦਾ ਸਾਧਨ ਹੈ, ਇਹਨੂੰ ਸਾਡਾ ਮੱਥਾ ਟੇਕਣਾ ਬਣਦਾ, ਨਾ ਕਿ ਸਾੜਨਾ ਬਣਦਾ। ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਉਹ ਅਸੀਂ ਆ ਗੱਡੀ ਦੀਆਂ ਲਾਈਨਾਂ 'ਤੇ ਬੈਠ ਕੇ ਕਰ ਰਹੇ ਹਾਂ। ਜਿੰਨੀ ਦੇਰ ਸਾਡੀ ਕੋਈ ਗੱਲ ਨਹੀਂ ਮੰਨੀ ਜਾਊਗੀ ਤਾਂ ਸਰਕਾਰ ਦੁਆਰ ਦੇ ਵਿੱਚ, ਉਨੀ ਦੇਰ ਅਸੀਂ ਇਹ ਆਪਦਾ ਧਰਨਾ ਨਹੀਂ ਚੱਕਾਂਗੇ। ਜਿਹੜਾ ਟਰੈਕਟਰ ਸਾੜਨ ਵਾਲਾ ਕੰਮ ਹੈ ਜਾਂ ਅਸਤੀਫੇ ਦੇਣ ਵਾਲਾ ਕੰਮ ਹੈ, ਇਹਨਾਂ ਗੱਲਾਂ ਤੋਂ ਜਿਹੜੇ ਸਰਕਾਰੀ ਆਪਣਾ ਰੋਟੀਆਂ ਸੇਕਦੇ ਨੇ ਆਪਣਾ, ਇਹਨਾਂ ਨੂੰ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਕੰਮ ਨਾ ਕਰਨ, ਨਾ ਹੀ ਅਸੀਂ ਇਹਨਾਂ ਨੂੰ ਆਪਦੀਆਂ ਸਟੇਜਾਂ ਤੋਂ ਬੋਲਣ ਦੇਵਾਂਗੇ। ਜੇਕਰ ਪਿੱਛੇ ਬੈਠ ਕੇ ਇਹਨਾਂ ਨੇ ਪ੍ਰਦਰਸ਼ਨ ਕਰਨਾ ਤਾਂ ਕਰ ਸਕਦੇ ਨੇ, ਜਿਹੜੇ ਆ ਟਰੈਕਟਰ ਸਾੜਦੇ ਨੇ ਜਾਂ ਹੋਰ ਵਿਖਾਵੇ ਕਰਨੇ ਨੇ, ਇਹਨਾਂ ਵਿਖਾਵਿਆਂ ਤੋਂ ਬਾਜ਼ ਆਣ, ਇਹਨਾਂ ਦਾ ਕੋਈ ਫਾਇਦਾ ਨਹੀਂ। ਧੰਨਵਾਦ ਜੀ। ਹਾਂ ਜੀ, ਜਿਹੜੇ ਕਲਾਕਾਰ ਸਾਡੀਆਂ ਧੀਆਂ ਭੈਣਾਂ ਬਾਰੇ ਇਹ ਕੁਛ ਬੋਲਦੇ ਨੇ, ਲੱਕ ਮਿਣਦੇ ਨੇ ਅਤੇ ਉਹਨਾਂ ਦੇ ਗੋਰੇ ਰੰਗ ਦੀ ਗੱਲ ਕਰਦੇ ਨੇ, ਉਹ ਅੱਜ ਮੂਹਰੇ ਆ ਕੇ ਵਾਹਵਾ ਖੱਟਣੀ ਚਾਹੁੰਦੇ ਨੇ, ਇਹ ਗੱਲ ਕਤਈ ਬਰਦਾਸ਼ਤ ਨਹੀਂ ਕੀਤੀ ਜਾਊਗੀ। ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਉਹ ਸਾਡੇ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਪਿੱਛੇ ਬੈਠ ਸਕਦੇ ਨੇ, ਜਿਹੜੇ ਗਾਇਕਾਂ ਦੀ ਇਮੇਜ ਕਿਸਾਨਾਂ ਦੇ ਸਾਹਮਣੇ, ਸਾਰੀ ਪਬਲਿਕ ਦੇ ਸਾਹਮਣੇ ਬਣੀ ਹੋਈ ਹੈ, ਉਹ ਇਮੇਜ ਨੂੰ ਆਪਦੀ ਨੂੰ ਉਸੇ ਤਰੀਕੇ ਨਾਲ ਰੱਖਣ। ਜਿਹੜੇ ਇਹੋ ਜਿਹਾ ਕੁਛ ਕਰਦੇ ਨੇ, ਗੰਦ ਬੋਲਦੇ ਨੇ, ਉਹ ਭਲਾ ਲੋਕਾਂ ਦਾ ਕੀ ਭਲਾ ਕਰਨਗੇ ਜੀ? ਜਿਹੜਾ ਬੀਤੇ ਦਿਨੀ ਰਾਹੁਲ ਗਾਂਧੀ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ, ਕਾਂਗਰਸ ਦੁਆਰਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਹਿ ਰਹੇ ਨੇ ਕਿ ਉਹ ਕਿਸਾਨ ਹਿਤੈਸ਼ੀ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਵਾਕਈ ਕਿਸਾਨ ਹਿਤੈਸ਼ੀ ਹੈਗੇ ਆ ਜਾਂ ਇੱਕ ਡਰਾਮਾ ਕੀਤਾ ਜਾ ਰਿਹਾ? ਉਹ ਤਾਂ ਜੀ, ਜੇ ਕਿਸਾਨ ਹਿਤੈਸ਼ੀ ਹੋਣ ਤਾਂ ਕਿ ਉੱਥੇ ਜਾਣ ਦੀ ਕੋਈ ਲੋੜ ਨਹੀਂ, ਕਿਤੇ ਵੀ ਜਾਣ ਦੀ ਲੋੜ ਨਹੀਂ ਉਹਦੇ। ਪੰਜਾਬ ਦੇ ਵਿੱਚ ਜੇ ਪੰਜਾਬੀਆਂ ਦੇ ਹਮਦਰਦ ਨੇ ਤਾਂ ਥਾਂ ਥਾਂ ਧਰਨੇ ਚੱਲੀ ਜਾਂਦੇ ਨੇ, ਆਪਦਾ ਝੰਡਾ ਸਾਰਾ ਕੁਝ ਛੱਡ ਕੇ ਆਪਦੇ ਨੌਜਵਾਨ ਜਿਹੜਿਆਂ ਨੂੰ ਹੁਣ ਉਹ ਬਖਰਾਲ 'ਚ ਲਿਆਈ ਫਿਰਦੇ ਨੇ ਵੀ ਅਸੀਂ ਅੱਡ ਕਰਦੇ ਹਾਂ, ਉਹ ਤਾਂ ਆਪਦੀਆਂ ਰੋਟੀਆਂ ਸੇਕਦੇ ਨੇ, ਆਉਣ ਵਾਲੀ 22 ਵਾਲੀਆਂ ਚੋਣਾਂ ਵਾਸਤੇ ਰੋਟੀਆਂ ਸੇਕਦੇ ਨੇ ਜੀ ਅੱਡ ਅੱਡ ਕੋਈ ਵੀ ਪਾਰਟੀ ਹੈ। ਜੇ ਅਸਲੀ ਅੰਦਰੋਂ ਉਹਨਾਂ ਦਾ ਮਨ ਹੋਵੇ, ਅਸੀਂ ਕਿਸਾਨਾਂ ਦਾ ਮਸੀਹੇ ਹਾਂ, ਕਹਿੰਦੇ ਤਾਂ ਮਸੀਹੇ ਨੇ ਵੋਟਾਂ ਲੈਣ ਵੇਲੇ, ਪਰ ਮੰਗੋ ਤੋਂ ਤਸੀਹੇ ਬਣ ਜਾਂਦੇ ਨੇ। ਮਤਲਬ ਜੇ ਮਸੀਹੇ ਕਹਿਣ ਆਉਣ ਫਿਰ ਇੱਥੇ ਸਾਡੇ ਨਾਲ ਸੜਕਾਂ 'ਤੇ ਬਹਿ ਜਾਣ,
ट्रैक्टर होंगे जट का पुत्र रोज ही ट्रैक्टर चला एडिया एडिया बैठने वास्ते सीटा ला लिया हूँ वो कोई किसानों के तैची समझा गए असी असी कोई किसान तैची नहीं समझते कुछ करी जाना आपका ढंगे भंगे हम लोग सीख गए सारा कुछ वो लोग नहीं रहे हूँ तो लोग चंद ते पहुँच गए जी देख लो तुम्हें आप पता साइंस के राही हूँ इन्हों सारे ने सोच समझ लिया भी ये हूँ ती सू 73 साल हो गए लुट्टा तो कुट्टा के बजाय होर कुछ नहीं किया साड़ी नौजवानी इन्होंने खत्म करती कितने सानू अतवादी कह के मारता कितने बखवादी कह के मारता कितने साड़ी नौजवान नशियां दे विच जाड़ता सारी नू साड़ी इस जिहड़ी पंजाब है साडा साड़ी सोने की चिड़िया सी पंजाब जिन्हू किसी समय च कहा जाता सारे भारत तो पंजाब सी जिहड़ा साडा पर जिन्हां ने साडे पंजाब नू मिट्टी दे विच रलाता इन्हां सियासी लोगों ने जिन्ने पंजाब दीआं पार्टियां ने सत्ता ते आउण वालीआं सत्ता दे अदालत दे विच सानू खेरू खेरू ऊँ करता तो मतलब सानू जमा मिट्टी दे विच मिलाता कासे जोग नहीं छड़े अखीर नू आ हुण इन्हां ने खत्म करके नौजवानी नू भी हुण इन्हां दी जिहड़ी रहिंदी है थोड़ी घणी जमीन जप्पा इन्हां ते भी कंपनियां दा कब्जा करवा दईए सानू इन्हां ते कोई विश्वास नहीं विश्वास उड गया साडा इन्हां तों हुण तां साडी लड़ाई है इन्हां नाल जिवें भी मर्जी इन्हां नूं बाबे नानक ने भी लिखिया पवन गुरु पाणी पिता माता धरत महत एक तां साडी माँ वो है जिहड़ी सानू पेट च रख के 9 महीने जन्म दिंदी है पालन पलोसण करती है दूजी माँ साडी धरती है जिहड़े सानू नाज पैदा करके उहदा धरती दा ढिड फाड़ के असीं नाज पैदा करके साडे टब्बर दा पालन पलोसण करदे आ इक ओह माँ है जे साडी जम्मण वाली माँ कन्नी कोई अख कढू तां असीं अख कढण तां ही जांदे आ जे कोई उंगल करूँ तां असीं उंगल कढण तां ही जांदे आ हुण जे इस माँ नूं हत्थ पाया इन्हां ने तां इन्हां दी कोई इहो जी असीं मरन नूं तैयार हाँ शहीद हो जाएंगे पर इन्हों जमीन च नहीं बनते आपदियाँ कंपनियां सदने जिन्हें सदनिया अगे भी साढ़े पंजाब के योधे ने भजाइया कंपनिया तो हूँ ये आपदे सोच लैन आपदे भविख बारे सोच लैन वो बाहरले सूबे वाला काम नहीं असी होने देंगे अजनू तो यह खत्म कर देंगे पंजाब जे इन्हों पता है भी है योधे इन्हों इतिहास ने सारा कुछ सिखाया है दसिया सारा कुछ पहलिया के भी इन्हों पढ़ लेना चाहिए कंध से लिखा ये पंजाबी ने उन्होंने वारस ने जिन्हों का खंडे की धार चो जन्म होया गुरु गोबिंद सिंह साडा पिता सी असी उहदे पुत्र हाँ खंडे की धार दे विचों साडा जन्म होया पर असी पिछा नहीं दिखाउंदे पिछा ना देईए ते ना जाइए हाँ गुरु दा वाक है ना किसे नूं भय देना ते ना किसे नूं मतलब किसे तों लैणा ना जुल्म करना ते ना हुंदिआं जुल्म सहना भी नहीं माड़ा गुरु साहब ने कहा दसवें पातशाह ने सो इन्ना कहिंदा होइआ मैं तुहाडा नहीं जी ये जिन्नियां भी मतलब चाहे असी किवें सी पहला मतलब आपो अपनी लड़ाई लड़ते सी वो आपके हिसाब नाल लड़दे जथेबंदियां अज जिहड़ा किसानी का संकट है ये अज सारियां 31 दियां 31 जथेबंदियां जिहड़ियां भारत दे इहदे पंजाब दे विच काम करदियां ने वो सारियां दा संगठन इक्को ही है लड़े कोई आपके किसे ढंग नाल पर जिहड़ी उहदी उत्तों कमेटी है वो सारी इक्को ही हैगी जिहड़ा फैसला उन्होंने लैना है असी तां उन्हां दे फौजी हाँ उन्हां दी मतलब जिवें कमांड चलूगी वो जिवें करनगे असी कोई किसी आपदी कल्ली जथेबंदी दा नाम नहीं चमकाउंदे 31 जथेबंदियां संगठन बने असी 31 जथेबंदियां लड़ाई लड़ रहे हां जिन्ना चिर सरकार कोई सानू ठोस सबूत नहीं दे के सानू मतलब ठाउंदी उन्ना चिर उठदे नहीं असी कई हुण कैप्टनों नहीं पाई जांदे रौला जी समान रुक जू रेलां छड्ड दो रे नहीं आउणा फलाना नहीं आउणा ना आवे फिर सानू की है ये साडे कन्नी नहीं ध्यान ये मोदी नूं वह मुल्क खा जाएंगे जिन्हां कोल दाने नहीं इन्हां दा सिर पट के खा जाएंगे साडे वाला ख्याल नहीं इन्हां नूं उन्हां दा ख्याल है नाज साडे स्टोरां च पिया उन्हां वास्ते सामिया जिहड़ा इत्थों जाणा है मोदी नूं ओह दिंदे न उधरले जिन्हां तों वोटां लैके सत्ता च आउणा है ते चाहे हुण उत्थे भी देखो भुचाल पिया पिया सारे आ तुसीं देखदे हो टीवी दे विच यूपी दे विच की हाल होया कुड़ियां दा किवें रह जिहड़े ठाक ठूक ने रेप रूप होया की बलात्कार होया किन्नियां 31 कुड़ियां बलात्कार करके एडे एडे बनाए न मतलब उत्थे अंदर अज दिखाई जांदे टीवी च इन्ना सड़िया थां जिथे कुड़ियां मतलब रखदे सी जिथे रेप रूप करिया सी ते मतलब देखो उत्थे जोगी इन्हां दा मुख्यमंत्री मतलब ये बहुत घरावणियां हरकतां ते उतरियां सरकारां वो सरकारां नहीं रहियां हुण जिहड़ा महाराजा रणजीत वाला राज सी हुण तां कतलियां दा राज है कतल कराउंदे ने लोकां नूं अगलियां दीआं धीआं भैणां दीआं बेइज्जतियां कराउंदे ने सामने किमें अगला वह कर लूगा आपकी धी भैन दे इदू तक अगला कहिंदा फिर मरे ही चंगे हाँ यह जिहियां गल्लां साथों बरदास्त नहीं हुंदियां असी
पूरी इन्हों ने टक्कर लवेंगे जमीन से तो की असं जमीन से हद तोरे की आने दें इन्हों सो इन्ना कहना भी धन्यवाद सारे का धन्यवाद।